ਲਓ ਜੀ ਕਿਸਾਨ ਵੀਰੋ, ਰਾਮ ਰਾਮ, ਸਤਿ ਸ਼੍ਰੀ ਅਕਾਲ, ਨਮਸਕਾਰ। ਅੱਜ ਦੀ ਆਪਣੀ ਵੀਡੀਓ ਲੈ ਕੇ ਆਇਆ ਨਾ, ਮੈਸੀ ਵਾਲਿਆਂ ਦਾ ਕਹਿ ਲਓ ਤੁਸੀਂ ਵੀ ਅੱਜ ਸ਼ਕਤੀ ਪ੍ਰਦਰਸ਼ਨ ਕਹਿ ਲਓ, ਜਿੱਦਾਂ ਆਪਣਾ ਦੱਸਣਾ 21 ਟਰਾਲੀਆਂ ਪਾਈ ਦੀਆਂ ਮਗਰ, ਠੀਕ ਹੈ ਜੀ, 21 ਟਰਾਲੀਆਂ ਖਿੱਚਣੀਆਂ, ਟਰੈਕਟਰ 80-55 ਬੋਸ, ਅਤੇ ਇਹ ਮੀਨਿੰਗ ਸ਼ੁਰੂਆਤ ਹੋਣ ਲੱਗੀ ਹੈ ਵੀਡੀਓ ਦੀ, ਅਤੇ ਬਣੇ ਰਹੋ ਐਂਡ ਤੱਕ, ਪੂਰਾ ਮਜ਼ਾ ਆਏਗਾ ਵੀਡੀਓ, ਠੀਕ ਹੈ ਜੀ। ਪੂਰੀ ਪੂਰੀ ਦਿਖਾਵਾਂਗੇ, ਦੇਖ ਲਓ ਉਹ ਦੂਰ ਤੱਕ ਜਿੱਥੋਂ ਆ ਕੇ ਝੰਡੇ ਆ, ਟਰਾਲੀਆਂ ਇੱਟਾਂ ਦੀਆਂ ਭਰੀ ਦੀਆਂ ਟਰਾਲੀਆਂ, 21 ਟਰਾਲੀਆਂ ਟੋਟਲ, ਅਤੇ ਇੱਥੋਂ ਸ਼ੁਰੂਆਤ ਹੋਣ ਲੱਗੀ ਆ ਹੁਣ, ਤਾਂ ਬਣੇ ਰਹੋ ਤੁਸੀਂ ਵੀਡੀਓ 'ਚ, ਉਹ ਦੇਖ ਲਓ, ਠੀਕ ਹੈ ਜੀ, ਕਰੋ ਚੈੱਕ। ਬਸ ਇੱਥੋਂ ਸ਼ੁਰੂਆਤ ਹੋਣ ਲੱਗੀ ਆ, ਮਹਾਜਨ ਸਾਹਿਬ ਸਾਡੀ ਡੀਲਰਸ਼ਿਪ, ਜਿਨ੍ਹਾਂ ਨੇ ਕਿ ਮੌਕਾ ਦਿੱਤਾ ਕਿ ਜਿੱਥੇ ਅਸੀਂ ਆਪਣੀ ਕੰਪਨੀ ਦਾ ਸਭ ਤੋਂ ਲੇਟੈਸਟ ਟਰੈਕਟਰ 80-55 ਜਿਹਨੂੰ ਅਸੀਂ ਪਿਆਰ ਨਾਲ ਬੌਸ ਵੀ ਕਹਿੰਦੇ ਹਾਂ, ਸੋ ਉਹ ਅੱਜ ਤੁਹਾਡੇ ਸਾਹਮਣੇ 21 ਟਰਾਲੀਆਂ ਜਿਹੜੀਆਂ ਕਿ ਇੱਟਾਂ ਨਾਲ ਭਰੀਆਂ ਹੋਈਆਂ ਨੇ, ਲਗਭਗ 50,000 ਇੱਟਾਂ ਹੈ ਟੋਟਲ ਵਜ਼ਨ, ਆਪਾਂ ਗੱਲ ਕਰੀਏ ਤਾਂ 210 ਟਨ ਹੈ, ਹਰ ਟਰਾਲੀ ਦਾ ਵਜ਼ਨ ਵੀ 2 ਕੁਇੰਟਲ ਹੈ, 2 ਟਨ ਹੈ, ਅਤੇ ਜੇ ਆਪਾਂ ਟੋਟਲ ਕਰ ਲਈਏ ਤਾਂ ਅਰਾਊਂਡ ਅਬਾਊਟ 250 ਟਨ ਇਹ ਟਰੈਕਟਰ 8 ਕਿਲੋਮੀਟਰ ਜਿਹੜਾ ਕਿ ਲੋਕਲ ਰੂਟ ਹੈਗਾ, ਜਿੱਥੇ ਕਿ ਥੋੜ੍ਹੀ ਬਹੁਤੀ ਚੜ੍ਹਾਈ ਵੀ ਹੋਏਗੀ, ਬ੍ਰੇਕਰ ਵੀ ਹੋਣਗੇ, ਪਿੰਡ ਵੀ ਹੈਗਾ, ਸੋ ਉਹਦੇ ਵਿੱਚ ਇਹ ਟਰੈਕਟਰ ਆਪਣੀ ਕਾਰਜਕੁਸ਼ਲਤਾ ਦਿਖਾਊਗਾ। ਸੋ ਸਾਡਾ ਇਹ ਇਸ ਟਰੈਕਟਰ ਨੂੰ ਇਹ ਟਰਾਲੀਆਂ ਖਿਚਾਉਣ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਕੋਲ ਇੱਕ ਬਹੁਤ ਵਧੀਆ ਟੈਕਨੋਲੋਜੀ ਹੈਗੀ ਜਿਹਦੇ ਨੂੰ ਜੁੜ ਕੇ ਅਤੇ ਉਹ ਆਪਣੇ ਕੰਮ ਦੇ ਵਿੱਚ ਹੋਰ ਵਾਧਾ ਕਰ ਸਕਦੇ ਹਾਂ, ਤੇਲ ਦੀ ਬੱਚਤ ਕਰ ਸਕਦੇ, ਉਹਨਾਂ ਦੇ ਘਰ ਹੋਰ ਖੁਸ਼ਹਾਲੀ ਆ ਸਕਦੀ ਹੈ। ਸਾਡੀ ਕੰਪਨੀ ਦਾ ਇੱਕੋ ਹੀ ਮਕਸਦ ਹੈ ਕਿ ਇਹ ਟਰੈਕਟਰ ਜਿਹੜਾ ਹੈਗਾ ਇਹ ਸਾਡਾ ਆਪਣਾ ਸ਼ਕਤੀ ਪ੍ਰਦਰਸ਼ਨ ਹੈ, ਅਸੀਂ ਇਹ ਦਿਖਾਉਣਾ ਚਾਹ ਰਹੇ ਹਾਂ ਕਿ ਸਾਡੀ ਟੈਕਨੋਲੋਜੀ ਵਨ ਆਫ ਦਾ ਬੈਸਟ ਟੈਕਨੋਲੋਜੀ ਹੈ, ਪਿਛਲੇ 60 ਸਾਲਾਂ ਤੋਂ ਅਸੀਂ ਕਿਸਾਨਾਂ ਦੀ ਸੇਵਾ ਕਰ ਰਹੇ ਹਾਂ, ਸੋ ਉਹਦੇ ਮੱਦੇਨਜ਼ਰ ਇਹ ਚੀਜ਼ ਹੈ, ਅਤੇ ਸਾਡਾ ਕੋਈ ਵੀ ਐਸਾ ਮਕਸਦ ਨਹੀਂ ਹੈਗਾ ਕਿ ਵੀ ਜਿਹੜੀਆਂ ਦੂਜੀਆਂ ਕੰਪਨੀਆਂ ਦੇ ਟਰੈਕਟਰ ਨੇ ਉਹ ਸਾਤੋਂ ਨੀਵੇਂ ਨੇ ਜਾਂ ਅਸੀਂ ਉਹਨਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਸਾਡਾ ਸਿਰਫ ਇੱਕੋ ਹੀ ਮਕਸਦ ਹੈ ਕਿ ਵਧੀਆ ਕੰਪਨੀ ਨਾਲ, ਵਧੀਆ ਡੀਲਰ ਨਾਲ, ਵਧੀਆ ਏਰੀਏ ਦੇ ਵਿੱਚ ਚੰਗੇ ਵਾਤਾਵਰਣ ਦੇ ਨਾਲ ਜੁੜੋ, ਤਾਂ ਕਿ ਤੁਹਾਡਾ ਆਉਣ ਵਾਲਾ ਸਮਾਂ ਹੋਰ ਖੁਸ਼ਹਾਲ ਹੋਵੇ, ਅਤੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮਹਿਤਾ ਸਾਹਿਬ ਦੇ, ਜੋ ਕਿ ਜੰਮੂ ਐਂਡ ਕਸ਼ਮੀਰ ਦੇ ਭੱਠਾ ਐਸੋਸੀਏਸ਼ਨ ਦੇ ਹੈੱਡ ਨੇ, ਸਾਰੇ ਪਤਵੰਤੇ ਸੱਜਣ ਜਿਹੜੇ ਕਿ ਇੱਥੇ ਹਾਜ਼ਰ ਹੋਏ ਨੇ, ਅਤੇ ਜਿਨ੍ਹਾਂ ਨੇ ਗਾਂਧੀ ਜੀ ਜਿਨ੍ਹਾਂ ਦੇ ਕਰਕੇ ਇਹ ਪ੍ਰੋਗਰਾਮ ਸਫਲ ਹੋ ਸਕਿਆ, ਜਿਨ੍ਹਾਂ ਨੇ ਸਾਡੀ ਪਿਛਲੇ 2 ਦਿਨਾਂ ਤੋਂ ਬੜੀ ਹੈਲਪ ਕੀਤੀ ਹੈ, ਅਤੇ ਸਾਡੀਆਂ ਸਾਰੀਆਂ ਟੀਮਾਂ, ਡੈਮੋਸਟ੍ਰੇਟਰ, ਸੇਲਸ ਸਾਰੇ, ਅਤੇ ਜਿੰਨੇ ਵੀ ਸਾਡੇ ਵੀਰ ਇੱਥੇ ਪਹੁੰਚੇ ਨੇ ਉਹਨਾਂ ਸਭ ਦਾ ਆਪਣੀ ਕੰਪਨੀ ਵੱਲੋਂ ਅਤੇ ਸਾਡੀ ਰਾਹੁਲ ਮੋਟਰਸ ਵੱਲੋਂ, ਮਹਾਜਨ ਸਾਹਿਬ ਵੱਲੋਂ ਅਤੇ ਭੱਠਾ ਐਸੋਸੀਏਸ਼ਨ ਵੱਲੋਂ ਬਹੁਤ ਬਹੁਤ ਤਹਿ ਦਿਲ ਤੋਂ ਸ਼ੁਕਰੀਆ ਦਾ ਸਤਿਕਾਰ, ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਇਸ ਤੋਂ ਪਹਿਲਾਂ ਜੈ ਜਵਾਨ ਔਰ ਜੈ ਕਿਸਾਨ ਦਾ ਗਿਆ ਨਾਰਾ ਲਈ ਸਕਾ, ਔਰ
ਇਹ ਜਿਹੜਾ ਟਰੈਕਟਰ ਅੱਜ ਸਾਡੀ ਮਾਰਕੀਟ 'ਚ ਆਇਆ, ਇਹ ਖਾਸ ਕਰੀਏ ਇਹ ਕਿਸਾਨਾਂ ਵਾਸਤੇ, ਜਿਹੜੀ ਜ਼ਮੀਨ ਬੰਜਰ, ਜਿਹੜੇ ਸਾਡੇ ਛੋਟੇ ਮੋਟੇ ਟਰੈਕਟਰ ਜਿਹੜੇ ਅਸੀਂ ਨਹੀਂ ਪੁੱਕ ਸਕਦੇ, ਜਿਹੜੀ ਪਥਰੀਲੀ ਜ਼ਮੀਨ ਹੈ, ਇਹ ਟਰੈਕਟਰ ਜਿਹੜਾ ਹੈ ਇਹ ਮੇਰੇ ਖਿਆਲ 'ਚ ਘੱਟ ਘੱਟ ਵੀ 2-2.5 ਫੁੱਟ ਦੇ ਵਿੱਚਾ ਮਿੱਟੀ ਕੱਢੀ ਆ, ਉਹਦਾ ਪੱਥਰ ਕੱਢੀ ਹੈ, ਸੋਨੇ ਸੋਨਾ ਜਵਾਹ ਰਾਤ ਵੀ ਕੱਢੀ ਹੈ, ਇਹ ਬਾਹਰ ਕਿਹਾ ਹੀ ਚਾਹੀਦਾ ਕਿਉਂਕਿ ਇਸਦੀ ਇੰਨੀ ਪਾਵਰ ਹੈ। ਔਰ ਜਿਹੜਾ ਅੱਜ ਇਹ ਉਦਘਾਟਨ ਹੋਇਆ ਕਰਦਾ, ਸਾਡੇ ਇੱਥੋਂ ਦੇ ਜਿਹੜੇ ਜਨਰਲ ਮੈਨੇਜਰ ਨੇ ਲੁਧਿਆਣੇ ਤੋਂ, ਇਹਦੇ ਕੋਲ 4 ਸਟੇਟਾਂ 4 ਸਟੇਟ ਨੇ ਜਨਰਲ ਮੈਨੇਜਰ ਨੇ ਇਕਬਾਲ ਸ਼ਾਹੀ ਜੀ, ਔਰ ਇਹਦੇ ਕੰਨੇ ਰਾਹੁਲ ਜੀ ਜਿਹਨੇ ਇਹ ਏਜੰਸੀ ਇਹਦੇ ਦੁਆਰਾ ਲਈ ਹੈ, ਇਹ ਅਟਲੀ ਆਪਣੇ ਖਰੋੜ ਮੋੜ ਹੈ। ਔਰ ਕੱਲ੍ਹ ਕੇ ਗੱਲਬਾਤ ਹੋਈ ਕਿ ਇਸ ਤਰ੍ਹਾਂ ਦਾ ਅਸੀਂ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ, ਫਿਰ ਮੈਂ ਇਹ ਪੁੱਛਿਆ ਵੀ ਕਿਆ ਤੁਸੀਂ ਕੋਈ ਇਹ 21 ਟਰਾਲੀਆਂ ਦੀ ਪਰਮਿਸ਼ਨ ਵੀ ਲਈ ਹੈ ਜਾਂ ਇਵੇਂ ਚਲੇ ਪਏ ਕਿਹੜਾ ਦਾ ਮਾਰਕੀਟ ਦੇ ਵਿੱਚ ਅੱਖਾਂ ਮਿੱਟੀ ਹੈ। ਇਹਨੇ ਆਖਿਆ ਨਹੀਂ, ਅਸੀਂ ਡੀ ਸੀ ਸਾਹਿਬ ਕੋਲ ਗਏ, ਔਰ ਡੀ ਸੀ ਸਾਹਿਬ ਨੇ SSP ਸਾਹਿਬ ਵੀ ਆਖਿਆ, ਔਰ ਉਹਨੇ ਅੱਗੇ ਥੱਲੇ ਮੈਸੇਜ ਦਿੱਤਾ ਅਤੇ ਉਸਦੀ ਵਜ੍ਹਾ ਕਰਨੇ ਸਾਨੂੰ ਪਰਮਿਸ਼ਨ ਮਿਲੀ ਹੈ। ਔਰ ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਸਾਡੇ ਐਡਮਿਨਿਸਟ੍ਰੇਟਰ ਡਿਸਟ੍ਰਿਕਟ ਦੇ ਜਿਹੜੇ ਡਿਪਟੀ ਕਮਿਸ਼ਨਰ ਨੂੰ ਮੈਂ ਉਹਦਾ ਬੜਾ ਇਹਦੇ ਵਿੱਚ ਯੋਗਦਾਨ ਸਮਝਣਾ, ਕਿਉਂਕਿ ਮੈਂ ਜਿੱਥੇ ਦੇਖਿਆ ਉਹ ਇੰਡਸਟਰੀ ਦੇ ਮਸਲੇ ਵਿੱਚ ਜਾਂ ਜਿਹੜਾ ਨੈਸ਼ਨਲ ਹਾਈਵੇ ਰੋਡ ਬਣੇ ਕਰਦਾ ਜਾਂ ਇਹ ਜਿਹੜੀਆਂ ਸਕੀਮਾਂ ਇੱਕ ਦੀਆਂ, ਪੁਲਿਸ ਦੇ ਬਗੈਰ ਡੰਡਿਆ ਕੋਈ ਕੰਮ ਨਹੀਂ ਹੁੰਦਾ, ਅਤੇ ਹੁੰਦੀ ਵੀ ਇੱਕ ਬੜਾ ਯੋਗਦਾਨ ਹੈ। ਜਿਹੜੇ ਪਰਮਿਸ਼ਨ ਦਿੰਦੇ ਵਿੱਚ ਜਾਓ ਯਾਰ, ਆਨੰਦ ਲਾਓ, ਜ਼ਿਮੀਂਦਾਰੋ, ਕਿੰਨਾ ਦਾ ਤੁਹਾਨੂੰ ਸ਼ਾਇਦ ਕੋਈ ਗਾ ਐਸਾ ਅਫਸਰ ਮਿਲ ਗਿਆ ਜਿਹੜਾ ਕਿ ਜ਼ਿਮੀਂਦਾਰਾਂ ਦੀ ਵਿਚਾਰੇ ਖੁੱਲ੍ਹੀ ਛੂਟ ਦਿੱਤੀ ਉਹਨੇ, ਵੀ ਜਾਓ ਅੱਛੇ ਅੱਛੇ ਕੰਮ ਕਰੋ। ਸਰ ਪਹਿਲਾਂ ਤਾਂ ਨੰਬਰ ਇਹੋ ਹੀ ਹੈ। ਦੂਆ, ਇਹ ਜਿਹੜਾ ਟਰੈਕਟਰ ਆਇਆ, ਇਹਦੇ ਕਰਕੇ ਮੈਂ ਦੇਖੇ ਕਰਨਾ ਵੀ ਜਿਹੜੀ ਸਾਡੀ ਇੱਥੋਂ ਦੀ ਇੰਡਸਟਰੀ ਹੈ, ਬੜੀ ਇੰਡਸਟਰੀ ਲੱਗੀ ਹੈ ਸਾਡੇ ਡਿਸਟ੍ਰਿਕਟ ਕਠੂ ਦੇ ਵਿੱਚ, ਔਰ ਇਹ ਟਰੈਕਟਰ ਉਸ ਇੰਡਸਟਰੀ ਵੀ ਕਾਮਯਾਬ ਕਰੇਗਾ। ਔਰ ਜਿਹੜੇ ਜ਼ਿਮੀਂਦਾਰ ਜਿਹਦੀਆਂ ਜ਼ਮੀਨਾਂ ਅੱਜ ਕੋਲਾ 100 ਸਾਲ ਹੋਈ ਆ, ਇੰਨੀਆਂ ਬੰਜਰ ਪੀ ਦੀਆਂ, ਇਹ ਟਰੈਕਟਰ ਉਸ ਜ਼ਮੀਨ ਦੀ ਵੀ ਇੱਕ ਉਹ ਬਣਾਈ ਦੇਵੇ, ਫਰਟੀਲਾਈਜ਼ਰ ਐਸਾ ਬਣਾਈ ਦੇਵੇ ਜਿਹਦੇ ਕੰਨੇ ਜਿਹਦੇ ਧਾਨ ਵੀ ਸਾਡੇ ਲੱਗੀ ਜਾਣਗੇ। ਔਰ ਮੈਂ ਇਹ ਬੜਾ ਇਹਦਾ ਤਹਿ ਦਿਲ ਕੰਨੇ ਸ਼ੁਕਰ ਗੁਜ਼ਾਰ ਹੈ ਜਿਹਨੇ ਲੋਕਾਂ ਸਾਡੇ ਇਲਾਕੇ ਦੇ ਵਿੱਚ, ਖਾਸ ਕਰੀਏ ਸਾਡੇ ਸੱਤੇ ਚੱਕ ਪਟਿਆਰੀ ਫਲੋਟ ਡਿਸਟ੍ਰਿਕਟ ਕਠੂ ਦੇ ਵਿੱਚ ਜਿਹੜੀ ਇਹ ਸਕੀਮ ਲਿਆਂਦੀ ਹੈ, ਅਸੀਂ ਇਹਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ। ਔਰ ਅਸੀਂ ਚਾਹਗੇ, ਮੈਂ ਇਹ ਚਾਹਗਾ ਖਾਸ ਕਰੀਏ ਅਤੇ ਇਸ ਕੰਮ ਦੇ ਵਿੱਚ ਇਹਦੀ ਮਦੀ ਕੋਲ ਮਦੀ ਤਰੱਕੀ ਹੋਵੇ, ਇਹ ਔਰ ਇਹ ਟਰੈਕਟਰ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਕਿ ਨਹੀਂ ਇਹ ਪਹਾੜੀ ਇਲਾਕੇ ਵਿੱਚ ਵੀ ਔਰ ਬਾਕੀ ਡਿਸਟ੍ਰਿਕਟ ਦੇ ਵਿੱਚ ਵੀ ਲੋਕ ਇਹਨੇ ਖਰੀਦਣ ਔਰ ਇਸਦੀ ਅੱਛੀ ਤਰ੍ਹਾਂ ਇਹਦਾ ਫਾਇਦਾ ਲੈਣ। ਧੰਨਵਾਦ। ਚਲੋ ਜੈ ਸ਼੍ਰੀ ਰਾਮ।
ਕਿਸਾਨ ਵੀਰੋ ਕਰੋ ਚੈੱਕ, ਅੱਗੇ ਟਰੈਕਟਰ ਹੈ ਜਿਹੜੇ ਲਾਈਨ ਕਲੀਅਰ ਕਰਾਉਂਦੇ ਆ ਰਹੇ, ਰਸਤਾ ਕਲੀਅਰ ਕਰਾਉਂਦੇ ਆ ਰਹੇ ਅੱਗੇ ਟਰੈਕਟਰ, ਅਤੇ ਪਿੱਛੇ ਉਹ ਮੇਨ ਟਰੈਕਟਰ ਆਪਣਾ, ਠੀਕ ਹੈ ਜੀ। ਅਤੇ ਅੱਗੇ ਪੀ ਸੀ ਆਰ ਵਾਲੀ ਗੱਡੀ ਵੀ ਗਈ ਆ ਪੁਲਿਸ ਦੀ, ਜੇ ਐਂਡ ਕੇ ਮੀਨਿੰਗ ਜੰਮੂ 'ਚ ਚੱਲਦਾ ਪਿਆ ਹਲੇ ਆਵੇ। ਮੋਹਿਤ ਤੂੰ ਕਿਵੇਂ ਆ ਰਿਹਾ, ਪੈਦਲ ਹੀ ਆ ਰਿਹਾ? ਨਹੀਂ ਤੂੰ ਆ ਕੇ ਮੇਰੇ ਗੱਡੀ 'ਚ ਬੈਠ ਜਾਣਾ ਸਾਡੇ ਨਾਲ। ਲਾਸਟ ਵਾਲੀ 21 ਆ ਜੀ, ਇਹ 21 ਆ ਗਈ, ਇਹ ਸ਼ਗਨ ਪੈ ਗਿਆ ਕਿਸਾਨ ਵੀਰੇ 21, ਠੀਕ ਹੈ ਜੀ। 21 ਟਰਾਲੀਆਂ ਸੀ ਟੋਟਲ, ਇਹ ਕਰੋ ਚੈੱਕ, ਉਹ ਦੇਖੋ ਮਗਰ ਇੱਕ 44 ਵੀ ਲਾਇਆ ਜੇ।
ਸਾਰਿਆਂ ਨੂੰ, ਮੈਂ ਕਠੂਆ ਤੋਂ। ਅੱਜ ਅਸੀਂ ਬੜੀ ਇੱਕ ਐਕਟੀਵਿਟੀ ਪਲਾਨ ਕੀਤੀ ਸੀ 80 ਫਜੂਜਾਂ ਦੇ ਨਾਲ, ਜਿਹਦੇ ਵਿੱਚ 21 ਟਰਾਲੀਆਂ ਪਾ ਕੇ ਰੋਡ ਸ਼ੋਅ ਕੱਢਿਆ, ਘੱਟ ਤੋਂ ਘੱਟ 10-12 ਕਿਲੋਮੀਟਰ ਦਾ ਰੋਡ ਸ਼ੋਅ ਕੱਢਿਆ, ਅਤੇ ਸਾਰੀ ਟਰਾਲੀ ਲੋਡਿਡ ਸੀ ਬ੍ਰਿਕਸ ਦੇ ਨਾਲ, ਅਤੇ ਆਪਣਾ 250 ਟਨ ਦਾ ਵੇਟ ਸੀ ਉਹਦੇ ਵਿੱਚ, ਅਤੇ ਸਾਡਾ ਬੜਾ ਸਕਸੈਸਫੁਲ ਰੋਡ ਸ਼ੋਅ ਹੋਇਆ। ਮੈਂ ਸਾਰਿਆਂ ਨੂੰ ਆਪਣੇ ਡੀਲਰ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਇੱਦਾਂ ਦੀ ਪਲੈਨਿੰਗ ਕਰੋ ਆਪਣੇ ਏਰੀਏ 'ਚ, ਉਹਦੇ ਨਾਲ ਜ਼ਿਆਦਾ ਵਿਜ਼ੀਬਿਲਟੀ ਨਿਕਲੇਗੀ, ਨਾ ਪਤਾ ਚੱਲੇਗਾ ਆਪਣਾ ਕੋਈ ਵੀ ਕਸਟਮਰ ਜਿਹੜੇ ਆ ਵੱਧ ਤੋਂ ਵੱਧ ਸਾਡੇ ਮਤਲਬ ਕਿ ਆਉਣ ਜਵਾਓ। ਇੱਟਾਂ ਕਿੰਨੀਆਂ ਸੀ ਭਾਅ ਜੀ? ਇੱਟਾਂ ਇੱਟਾਂ ਜੀ 50,000 ਪਲੱਸ ਸੀ। ਤੇ ਟਰੈਕਟਰ ਨੇ ਬਿਲਕੁਲ ਕਿਤੇ ਵੀ ਨਾ ਤੇ ਜ਼ੀਰੋ ਲਿਫਟਿੰਗ ਸੀ ਨੇ, ਦੇਖੋ ਜੀ ਕੋਈ ਉਹਨੂੰ ਹਲਕਾ ਜਿਹਾ ਵੀ ਨਹੀਂ ਮਹਿਸੂਸ ਹੋਇਆ, ਕੋਈ ਝਟਕਾ ਨਹੀਂ ਲੱਗਿਆ, ਉਹਨੂੰ ਪਤਾ ਹੀ ਨਹੀਂ ਲੱਗਿਆ ਕਿ ਮਤਲਬ ਕਿ ਕੋਈ ਪਿੱਛੇ ਲੋਡ ਆ। ਕਿਸਾਨ ਵੀਰੋ, ਮੈਂ ਅੱਜ ਵੀਡੀਓ ਵੀ ਸ਼ੂਟ ਕੀਤੀ ਹੈ ਚੈਨਲ ਤੇ, ਵੀਡੀਓ ਆਏਗੀ ਫੁੱਲ। ਇੱਕ ਦੀਦੀ ਜਿਹੜੀ RPM ਸੀ ਨਾ, 0 RPM ਡਰੋਪ ਹੈ ਜੀ, ਤੇ ਇੱਕ ਅੱਗੋਂ ਟਰੈਕਟਰ ਦੀ ਲਿਫਟਿੰਗ ਵੀ ਜਿਹੜੀ ਸੀ 0 ਸੀ, ਇੱਕੀ ਟਰਾਲੀਆਂ ਪਾਉਣ ਦੇ ਬਾਵਜੂਦ 50,000 ਪਲੱਸ ਇੱਟਾਂ ਮਗਰ, ਠੀਕ ਹੈ ਜੀ। ਤੇ ਬਹੁਤ ਵਧੀਆ ਪਰਫੋਰਮੈਂਸ ਲੱਗੀ ਹੈ। ਵੈਸੇ 50 HP ਜਾ ਟਰੈਕਟਰ, ਲੇਕਿਨ ਹੈਗਾ ਇਹ 60 ਕਿਸਾਨ ਵੀਰੋ, 60 ਵਾਲੀ ਪਾਵਰ ਤੋਂ ਵੀ, ਠੀਕ ਹੈ ਜੀ। ਓਕੇ ਜੀ।